ਤੁਸੀਂ ਅਸਤੀਫਾ ਦੇ ਰਹੇ ਹੋ ਕਿਉਂ? ਅੱਜ ਤੱਕ ਵੈਟਨੇਰੀਅਨ ਦੀ ਪੇ ਪੈਰਿਟੀ ਸੀ ਵਿਦ ਮੈਡੀਕੋਜ਼, ਜਿਹੜੀ ਕਿ ਸਰਕਾਰ ਨੇ ਪੇ ਕਮਿਸ਼ਨ ਜਿਹੜੀ ਆ ਇਹਦੇ ਵਿੱਚ ਉਹ ਖਤਮ ਕਰਕੇ ਕਰ ਦਿੱਤੀ ਆ, ਪੇ ਵੈਟਨੇਰੀਅਨ ਨੂੰ ਮੈਡੀਕੋ ਤੋਂ ਥੱਲੇ ਕਰ ਦਿੱਤਾ ਵਾ। 37 ਸਾਲ ਦੀ ਸਰਵਿਸ ਵਿੱਚ ਕਦੀ ਵੀ ਪੇ ਕਮਿਸ਼ਨ ਤੋਂ ਬਾਅਦ ਇੰਪਲਾਈਜ਼ ਜਿਹੜੇ ਆ ਉਹਨਾਂ ਦੀ ਸੈਲਰੀ ਘੱਟਦੀ ਨਹੀਂ, ਸਦਾ ਹੀ ਵੱਧਦੀ ਆ। ਇਹ ਪਹਿਲੀ ਵਾਰੀ ਆ ਜਦੋਂ ਜਿਹੜੇ ਉਹਨਾਂ ਦੇ ਅਮਾਲੂਮੈਂਟਸ ਆ ਜਾਂ ਜਿਹੜੇ ਉਹਨਾਂ ਨੂੰ ਭੱਤੇ ਮਿਲ ਰਹੇ ਆ ਉਹ ਘਟਾਏ ਜਾ ਰਹੇ। ਅਤੇ ਇਹ ਇੱਕ ਤਰ੍ਹਾਂ ਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਤੁਸੀਂ ਇਹ ਦੇਖ ਲਓ ਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਡਾਕਟਰਾਂ ਦੇ ਨਾਲ, ਜਿਹੜੀ ਸਭ ਤੋਂ ਸਮਾਜ ਦੀ ਪੜ੍ਹਿਆ ਲਿਖਿਆ ਵਰਗ ਹੈ, ਜੇ ਉਹਦੇ ਨਾਲ ਤੁਸੀਂ ਧੱਕੇਸ਼ਾਹੀ ਕਰੋਗੇ ਤਾਂ ਹੋ ਸਕਦਾ ਹੈ ਕਿ ਇਹ ਦੌਰ ਜਿਹੜਾ ਵਾ ਲੰਬਾ ਚੱਲੇ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਜਿਹੜੇ ਮੈਂਬਰਸ ਨੇ ਉਹ ਵਾਰੀ ਵਾਰੀ ਜਾਂ ਇਨ ਮਾਸ ਕੋਈ ਵੀ ਜਿਹੜਾ ਜੁਆਇੰਟ ਡਿਸੀਜਨ ਉਹ ਲੈ ਸਕਦੇ ਨੇ। D4 ਨਿਊਜ਼ ਦੇਖ ਰਹੇ ਤਮਾਮ ਦੋਸਤੋਂ ਕੋ ਦੀਪਕ ਭੰਡਾਰੀ ਦਾ ਨਮਸਕਾਰ। ਤਮਾਮ ਡਾਕਟਰ, ਵੈਟਨਰੀ ਡਾਕਟਰ, BAMS, ਪੈਰਾਮੈਡੀਕਲ ਸਟਾਫ, NPA ਜੋ ਸਰਕਾਰ ਕੇ ਉਸੇ ਘਟਾਇਆ ਹੈ ਉਸੀ ਕੋ ਲੇਕਰ ਹੜਤਾਲ ਪਰ ਹੈ। ਆਜ ਅਬ ਇਸਕੋ ਲੇਕਰ ਜੋ ਸਰਕਾਰ ਕੇ ਯੇ ਮੁਲਾਜ਼ਮ ਵਿਰੋਧੀ ਜੋ ਫੈਸਲੇ ਲਏ ਜਾ ਰਹੇ ਹੈ ਉਨਕਾ ਗਲਾ ਘੋਟਾ ਜਾ ਰਹਾ ਹੈ। ਇਸੀ ਕੇ ਵਿਰੋਧ ਮੇਂ ਇਸਤੀਫੋਂ ਕਾ ਦੌਰ ਸ਼ੁਰੂ ਹੋ ਗਿਆ ਹੈ। ਪਹਿਲੀ ਵਾਰ ਡਿਸਟ੍ਰਿਕਟ ਕੇ ਜੋ ਡਿਪਟੀ ਡਾਇਰੈਕਟਰ ਹੈ ਐਨੀਮਲ ਹਸਬੈਂਡਰੀ ਕੇ ਉਨਕੀ ਔਰ ਸੇ ਇਸਤੀਫਾ ਦੇਣੇ ਕੀ ਬਾਤ ਕਹੀ ਗਈ ਹੈ। ਹਮਾਰੇ ਸਾਥ ਹੈ ਐਨੀਮਲ ਹਸਬੈਂਡਰੀ ਕੇ ਡਿਪਟੀ ਡਾਇਰੈਕਟਰੋਂ ਸੇ ਬਾਤ ਕਰਤੇ ਹੈਂ। ਕੀ ਨਾਮ ਹੈ ਜੀ ਤੁਹਾਡਾ? ਡਾਕਟਰ ਅਮਰਜੀਤ ਸਿੰਘ। ਡਾਕਟਰ ਸਾਹਿਬ, ਤੁਸੀਂ ਇਸਤੀਫਾ ਦੇ ਰਹੇ ਹੋ ਕਿਉਂ? ਅੱਜ ਤੱਕ ਵੈਟਨੇਰੀਅਨ ਦੀ ਪੇ ਪੈਰਿਟੀ ਸੀ ਵਿਦ ਮੈਡੀਕੋਜ਼, ਜਿਹੜੀ ਕਿ ਸਰਕਾਰ ਨੇ ਪੇ ਕਮਿਸ਼ਨ ਜਿਹੜੀ ਆ ਇਹਦੇ ਵਿੱਚ ਉਹ ਖਤਮ ਕਰਕੇ ਕਰ ਦਿੱਤੀ ਆ, ਪੇ ਵੈਟਨੇਰੀਅਨ ਨੂੰ ਮੈਡੀਕੋ ਤੋਂ ਥੱਲੇ ਕਰ ਦਿੱਤਾ ਵਾ। ਪਲੱਸ NPA ਜਿਹੜਾ ਸੀਗਾ ਉਹ 20% ਸੀਗਾ, 25% ਸੀਗਾ, ਉਹਨੂੰ ਕੱਟ ਕੇ 20% ਕਰ ਦਿੱਤਾ। ਅੱਛਾ, ਇਸਦੇ ਵਿਰੋਧ 'ਚ ਹੀ ਤੁਸੀਂ ਅਸਤੀਫਾ ਦਿੱਤਾ ਜੀ, ਕਿਉਂਕਿ NPA ਕਟਾਇਆ ਗਿਆ ਅਤੇ ਇੱਕ ਤੁਹਾਡੀ ਜਿਹੜੀ ਹੈ ਡਿਗਨਿਟੀ ਹੈ ਉਹ ਇੱਕ ਸਟੈਪ ਥੱਲੇ ਕਰਤੀ ਗਈ ਹੈ। ਗੌਰਮੈਂਟ ਜਿਹੜੀ ਆ ਜਿਹੜੇ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਜਿਹੜੇ ਆਲ ਕੈਟੇਗਰੀਜ਼ ਆਫ ਡਾਕਟਰਸ ਆ ਉਹ ਕੰਮ ਐਜੀਟੇਟ ਕਰ ਰਹੇ ਆ। ਗੌਰਮੈਂਟ ਕੋਈ ਵੀ ਅੱਜ 5-6 ਦਿਨ ਹੋ ਗਿਆ ਮੰਗਾਂ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਹੀ। ਮੈਂ ਉਹਦੇ ਵਿਰੋਧ ਵਿੱਚ ਅਤੇ ਆਪਣੇ ਜਿਹੜੇ ਐਜੀਟੇਸ਼ਨ ਚੱਲ ਰਿਹਾ ਇਹਦੀ ਸਪੋਰਟ ਵਿੱਚ ਆਪਣੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜੇ ਪੰਜਾਬ ਸਟੇਟ ਵੈਟਨਰੀ ਆਫੀਸਰ ਐਸੋਸੀਏਸ਼ਨ ਦੇ ਆ ਉਹਨਾਂ ਨੂੰ ਲਿਖ ਕੇ ਰਿਜ਼ਾਈਨ ਦੇ ਦਿੱਤਾ। ਡਾਕਟਰ ਸਾਹਿਬ, ਤੁਸੀਂ ਕਿੰਨਾ ਸਾਲ ਜਿਹੜੀ ਹੈ ਐਨੀਮਲ ਸੇਵਾ ਕੀਤੀ ਜੀ ਇਸ ਡਿਪਾਰਟਮੈਂਟ ਦੇ ਵਿੱਚ? ਮੈਂ 37 ਸਾਲ ਸੇਵਾ ਕੀਤੀ ਹੈ ਅਤੇ 10 ਮਹੀਨੇ ਅਜੇ ਮੇਰੇ ਹੋਰ ਰਹਿੰਦੇ ਹੈ ਜੀ। ਤੁਹਾਨੂੰ ਡਾਕਟਰ ਸਾਹਿਬ, ਤੁਸੀਂ 37 ਸਾਲਾਂ 'ਚ ਕਦੀ ਇਸ ਤਰ੍ਹਾਂ ਦਾ ਮੌਕਾ ਦੇਖਿਆ ਵੀ ਸਰਕਾਰ ਨੇ ਰਿਵਾਰਡ ਦੇਣ ਦੀ ਬਜਾਏ ਵਾਪਸ ਖੋਲਿਆ ਹੋਣ? 37 ਸਾਲ ਦੀ ਸਰਵਿਸ ਵਿੱਚ ਕਦੀ ਵੀ ਪੇ ਕਮਿਸ਼ਨ ਤੋਂ ਬਾਅਦ ਇੰਪਲਾਈਜ਼ ਜਿਹੜੇ ਆ ਉਹਨਾਂ ਦੀ ਸੈਲਰੀ ਘੱਟਦੀ ਨਹੀਂ, ਸਦਾ ਹੀ ਵੱਧਦੀ ਆ। ਇਹ ਪਹਿਲੀ ਵਾਰੀ ਆ ਜਦੋਂ ਜਿਹੜੇ ਉਹਨਾਂ ਦੇ ਅਮਾਲੂਮੈਂਟਸ ਆ ਜਾਂ ਜਿਹੜੇ ਉਹਨਾਂ ਨੂੰ ਭੱਤੇ ਮਿਲ ਰਹੇ ਆ ਉਹ ਘਟਾਏ ਜਾ ਰਹੇ। ਡਾਕਟਰ ਸਾਹਿਬ, ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਸਮਝਦੇ ਹੋ? 4.5 ਸਾਲ ਹੋ ਗਏ ਪੰਜਾਬ ਸਰਕਾਰ ਕਾਂਗਰਸ ਸਰਕਾਰ ਨੂੰ, ਤੁਸੀਂ ਕੀ ਸਮਝਦੇ ਹੋ ਇਹਨਾਂ ਦੀ ਕਿਵੇਂ ਦੀ ਕਾਰਜਸ਼ੈਲੀ ਆ? ਨਹੀਂ, ਮੇਰਾ ਕਾਰਗੁਜ਼ਾਰੀ ਨਾਲ ਤਾਂ ਕੋਈ ਸੰਬੰਧ ਨਹੀਂ ਗਾ ਜੀ ਇਹਨਾਂ ਦੀ ਦਾ। ਮੇਰਾ ਤਾਂ ਸਿਰਫ ਜਿਹੜੇ ਇੰਪਲਾਈਜ਼ ਸਾਡੀ ਜੁਆਇੰਟ ਐਕਸ਼ਨ ਕਮੇਟੀ ਆ ਜਾਂ ਜਿਹੜੇ ਇੰਪਲਾਈਜ਼ ਦੇ ਜਿਹੜੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਉਹਨਾਂ ਨਾਲ ਆ, ਮੈਂ ਉਹਦੇ ਤੋਂ ਸੈਟਿਸਫਾਈਡ ਨਹੀਂ ਗਾ। ਦੇਖੀਏ, ਇਹ ਬੜੀ ਹੀ ਗੰਭੀਰ ਬਾਤ ਹੈ, ਇਸਤੀਫੋਂ ਕਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਅਭੀ ਤੱਕ ਕਿਸੀ ਮੈਡੀਕਲ ਕੇ ਖੇਤਰ ਸੇ ਕਿਸੀ ਡਾਕਟਰ ਨੇ ਇਸਤੀਫਾ ਨਹੀਂ ਦਿਆ ਹੈ, ਲੇਕਿਨ ਹਮਾਰੇ ਸਾਥ ਯਹਾਂ ਪਰ ਔਰ ਵੀ ਡਾਕਟਰ ਹੈ, ਇਨਕਾ ਵੀ ਕਹਿਣਾ ਹੈ ਯਦੀ ਸਰਕਾਰ ਨੇ ਇਨਕੀ ਮੰਗੋ ਕੋ ਨਹੀਂ ਮਾਨਾ ਔਰ ਇਸੀ ਤਰ੍ਹਾਂ ਕੀ ਜੋ ਹੈ ਧੱਕੇਸ਼ਾਹੀ ਜਾਰੀ ਰਹੀ ਤੋ ਹਮ ਇਸਤੀਫਾ ਦੇ ਸਕਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੈਂ ਡਾਕਟਰ ਗਗਨਦੀਪ ਸਿੰਘ ਢਿੱਲੋਂ ਜੀ, ਡਿਸਟ੍ਰਿਕਟ ਪ੍ਰੈਜ਼ੀਡੈਂਟ ਪੰਜਾਬ ਸਟੇਟ ਵੈਟਨਰੀ ਆਫੀਸਰ ਐਸੋਸੀਏਸ਼ਨ ਜੀ। ਢਿੱਲੋਂ ਸਾਹਿਬ, ਪਹਿਲਾ ਅਸਤੀਫਾ ਆਇਆ ਡਾਕਟਰ ਸਾਹਿਬ ਦਾ, ਅਤੇ ਤੁਸੀਂ ਕੀ ਸਮਝਦੇ ਹੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਅਸਤੀਫੇ ਦੇਣ ਸਕਦੇ ਹੈ ਲੋਕ? ਇਹ ਡਾਕਟਰ ਸਾਹਿਬ ਦੀ ਬੜੀ ਵੱਡੀ ਗੱਲ ਆ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਦੀ, ਵੀ ਇਹਨਾਂ ਨੇ ਜਿਹੜਾ ਇੱਕ ਤਾਂ ਸਾਡੀ ਵੈਟਨੇਰੀਅਨਸ ਦੀ ਪੇ ਪੈਰਿਟੀ ਕਰਕੇ ਜਿਹੜਾ ਸਾਨੂੰ ਡੀਗ੍ਰੇਡ ਕੀਤਾ ਸਰਕਾਰ ਨੇ, ਦੂਜਾ ਸਰਕਾਰ ਦਾ NPA ਨਾ ਮੰਗਣਾ, ਅਤੇ ਜਿਹੜਾ ਕੱਲ੍ਹ ਮੌਕੇ ਦੀ ਜਿਹੜੀ ਗੱਲ ਹੋਈ ਆ ਕਿ ਸਾਡੇ ਕਿਉਂਕਿ ਜੁਆਇੰਟ ਫਰੰਟ ਹੈ ਸਾਰੇ ਪੰਜਾਬ ਦੇ ਵਿੱਚ ਕੰਮ ਕਰ ਰਿਹਾ, PCMS ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਜੀ ਉਹਨਾਂ ਨੂੰ ਬਠਿੰਡੇ ਤੋਂ ਇਹਨਾਂ ਨੇ ਬਦਲ ਕੇ 5 ਕੋਸੀ ਫਾਜ਼ਿਲਕਾ ਲਾ ਦਿੱਤਾ, ਜਿਹਦੇ ਕਰਕੇ ਜਿਹੜੀ ਕੱਲ੍ਹ ਦੀ ਇੱਕ ਦਿਨ ਦੀ ਸਟ੍ਰਾਈਕ ਸੀ ਉਹ ਅੱਜ ਦੂਜੇ ਦਿਨ ਵੀ ਕੰਟੀਨਿਊ ਕੀਤੀ ਗਈ ਹੈ ਸਾਰੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ। ਸਾਰੀਆਂ OPDs ਅਤੇ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਸ, ਸਟੇਟ ਗਵਰਨਮੈਂਟ ਦੀਆਂ ਸਕੀਮਸ ਜਿਹੜੀਆਂ ਨੇ ਉਹ ਬੰਦ ਨੇ, ਸਿਰਫ ਐਮਰਜੈਂਸੀ ਸੇਵਾਵਾਂ ਅਸੀਂ ਰੱਖੀਆਂ ਨੇ। ਅਤੇ ਇਹਦੇ ਇਸ ਕੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਸਰਦਾਰ ਅਮਰਜੀਤ ਸਿੰਘ ਔਲਖ ਨੇ ਆਪਣਾ ਅਸਤੀਫਾ ਦੇ ਦਿੱਤਾ। ਅਤੇ ਇਹ ਇੱਕ ਤਰ੍ਹਾਂ ਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਤੁਸੀਂ ਇਹ ਦੇਖ ਲਓ ਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਡਾਕਟਰਾਂ ਦੇ ਨਾਲ, ਜਿਹੜੀ ਸਭ ਤੋਂ ਸਮਾਜ ਦੀ ਪੜ੍ਹਿਆ ਲਿਖਿਆ ਵਰਗ ਹੈ, ਜੇ ਉਹਦੇ ਨਾਲ ਤੁਸੀਂ ਧੱਕੇਸ਼ਾਹੀ ਕਰੋਗੇ ਤਾਂ ਹੋ ਸਕਦਾ ਹੈ ਕਿ ਇਹ ਦੌਰ ਜਿਹੜਾ ਵਾ ਲੰਬਾ ਚੱਲੇ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਜਿਹੜੇ ਮੈਂਬਰਸ ਨੇ
ਉਹ ਵਾਰੀ ਵਾਰੀ ਜਾਂ ਇਨ ਮਾਸ ਕੋਈ ਵੀ ਜਿਹੜਾ ਜੁਆਇੰਟ ਡਿਸੀਜਨ ਉਹ ਲੈ ਸਕਦੇ ਨੇ ਸਟੇਟ ਲੈਵਲ 'ਤੇ। ਅਤੇ ਲਕਸ਼ਪ ਜਿਵੇਂ ਅਸਤੀਫਾ ਇਹਨਾਂ ਨੇ ਦਿੱਤਾ, ਤੁਸੀਂ ਦੱਸਿਆ ਵੀ ਸਰਕਾਰ ਜਿਵੇਂ ਉਹਨਾਂ ਨੂੰ ਬਦਲਤਾ ਬਠਿੰਡੇ ਵਾਲਿਆਂ ਨੂੰ, ਸਰਕਾਰ ਹੁਣ ਇਹ ਦਬਾਅ ਦੀ ਨੀਤੀ ਅਪਣਾਉਣਾ ਸ਼ੁਰੂ ਕਰਦੀ ਵੀ ਤੁਹਾਡੇ ਟ੍ਰਾਂਸਫਰ ਕਰਤੇ ਜਾਣ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਅਤੇ ਆਪਣੇ ਆਪ ਐਜੂਟੇਸ਼ਨ ਕਮਜ਼ੋਰ ਹੋ ਜਾਏਗੀ? ਜੀ, ਇਹ ਬਿਲਕੁਲ ਦਬਾਅ ਦੀ ਨੀਤੀ ਹੈ ਸਰਕਾਰ ਦੀ, ਅਤੇ ਅਸੀਂ ਇਹਦੀ ਪੁਰਜ਼ੋਰ ਨਿੰਦਿਆ ਕਰਦੇ ਹਾਂ। ਬਹੁਤ ਜ਼ਿਆਦਾ ਇਹ ਮਾੜੀ ਸੋਚ ਹੈ ਸਰਕਾਰ ਦੀ ਮੁਲਾਜ਼ਮਾਂ ਦੇ ਪ੍ਰਤੀ, ਕਿਉਂਕਿ ਜੇ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਦਬਾਵਾਂਗੇ ਤਾਂ ਇਹ ਮੁਲਾਜ਼ਮ ਇਸ ਤਰ੍ਹਾਂ ਨਹੀਂ ਦੱਬਣਗੇ। ਇਹ ਡਾਕਟਰਸ ਨੇ, ਪੜ੍ਹੀ ਲਿਖੀ ਕਲਾਸ ਆ, ਨਾਲ ਸਾਡੇ ਹੋਰ ਜੁਆਇੰਟ ਫਰੰਟ ਦੇ ਵਿੱਚ ਹੋਰ ਵੀ ਸਾਰੇ ਜਿਹੜੀਆਂ ਜਥੇਬੰਦੀਆਂ ਨੇ, ਹੋਰ ਮੁਲਾਜ਼ਮ ਵਰਗ, ਪੈਰਾਮੈਡੀਕਲ ਵਗੈਰਾ, ਸਾਰੇ ਦੇ ਸਾਰੇ ਸ਼ਾਮਿਲ ਨੇ। ਜੇ ਸਰਕਾਰ ਇਸੇ ਤਰ੍ਹਾਂ ਦਬਾਅ ਦੀ ਰਾਜਨੀਤੀ ਚਲਾਉਂਦੀ ਰਹੇਗੀ ਤਾਂ ਫਿਰ ਮੁਲਾਜ਼ਮ ਆਪਣਾ ਜਿਹੜਾ ਇਹਨਾਂ ਦਾ ਕੰਮ ਆ, ਜਿਹੜੀ ਡਿਊਟੀ ਆ, ਉਹਨੂੰ ਵੀ ਕਰਨ ਬਾਰੇ ਜਿਹੜਾ ਉਹਨਾਂ ਨੂੰ ਸੋਚਣਾ ਪਏਗਾ ਵੀ ਅਸੀਂ ਕਿਵੇਂ ਇਹ ਚੀਜ਼ ਜਿਹੜੀ ਆ ਕੰਟੀਨਿਊ ਕਰਾਂਗੇ। ਫਿਲਹਾਲ ਤੁਹਾਡੀ ਸਟ੍ਰਾਈਕ ਕਿੰਨੇ ਦਿਨ, ਕਿੰਨੀ ਤਰੀਕ ਤੱਕ ਗਈ ਹੈ? ਹਾਲੇ ਸਾਡੀ ਕੋਈ ਵੀ ਅਨਲਿਮਿਟਿਡ ਸਟ੍ਰਾਈਕ ਹੈ ਜੀ, ਜਦੋਂ ਤੱਕ ਸਰਕਾਰ ਜਿਹੜੀ ਆ ਉਹ ਮੰਗਾਂ ਨਹੀਂ ਮੰਨਦੀ। ਫਿਲਹਾਲ ਜਿਹੜੀ OPD ਆ, ਕੱਲ੍ਹ ਦੀ ਬੰਦ ਸੀਗੀ, ਅੱਜ ਫਿਰ ਬੰਦ ਆ। ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਇਹਨੂੰ ਅਸੀਂ ਜਾਰੀ ਰੱਖਾਂਗੇ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਜੋ ਸਾਡੀ ਜੁਆਇੰਟ ਐਕਸ਼ਨ ਕਮੇਟੀ ਕਹੇਗੀ। ਹਾਲੇ ਸਿਰਫ ਐਮਰਜੈਂਸੀ ਸੇਵਾਵਾਂ, ਕੋਵਿਡ ਦੀਆਂ ਸੇਵਾਵਾਂ, ਇਹ ਸਾਰੀਆਂ ਜਾਰੀ ਨੇ। देखिए, ये तमाम वेटनरी डॉक्टर हैं, ये पहला इस्तीफा आ गया है यहाँ पर, अमृतसर से हैं, डिप्टी डायरेक्टर हैं, 37 साल इन्होंने सरकारी विभाग में सेवाएं दी हैं, और ये इनका ये कहना है कि सरकार अब दबाव की नीति अपनाने लगी है। बठिंडा में एक डॉक्टर को इसलिए ट्रांसफ़र कर दिया गया क्योंकि वो एजुटेशन में शामिल था। यदि सरकार ने ऐसी नीतियाँ और अपनी इस ऐसे दबाव की रणनीति को अगर यूं ही जारी रखा तो और भी लोग इस्तीफा दे सकते हैं। इनका कहना है कि जब तक हमारी मांगें नहीं मानी जाएंगी तब तक हड़ताल जारी रहेगी। अमृतसर से D4 न्यूज़ के लिए दीपक भंडारी की खास रिपोर्ट।